ਵਰਤੀ ਏ ਤੇਰੀ ਗੋਦ ਨੂੰ ਮਾਂ ਤੇਰੀ ਏ ਤੇਰੀ ਗੋਦ ਨੂੰ ਜਨ ਹੋਰ ਬਥੇਰੇ ਮਾਂ ਤੇਰੀ ਏ ਤੇਰੀ ਗੋਦ ਨੂੰ ਜਨ ਹੋਰ ਬਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਮਗਦਾਰੇ ਵੇ ਸੂਰਜਾ ਕੰਮੀਆਂ ਦੇ ਵੇੜੇ ਮਾਂ ਧਰਤੀ ਏ ਤੇਰੀ ਗੋਦ ਨੂੰ ਓ ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾਰੇ ਵੇ ਸੂਰਜਾ ਕੰਮੀਆਂ ਦੇ ਵੇੜੇ ਮਗਦਾਰੇ ਵੇ ਸੂਰਜਾ ਕੰਮੀਆਂ ਸਾਰੇ ਹੀ ਸੁਣਨ ਵਾਲੇ ਦੋਸਤਾਂ ਸਾਥੀਆਂ ਦਾ ਇਸਤਕਬਾਲ ਹੈ, ਇਹਤਰਾਮ ਹੈ, ਹਾਰਦਿਕ ਸਵਾਗਤ ਹੈ ਪ੍ਰੋਗਰਾਮ ਸੋਚ ਦਾ ਸਫ਼ਰ ਵਿੱਚ। ਦੋਸਤੋ, ਇਹ ਪ੍ਰੋਗਰਾਮ ਤੁਸੀਂ ਮੇਰੇ ਨਾਲ ਯਾਨੀ ਅਨੂ ਨਾਲ ਸੁਣਦੇ ਹੋ ਹਰ ਸੋਮਵਾਰ ਸ਼ਾਮ 5 ਵਜੇ ਤੋਂ 6 ਵਜੇ ਤੱਕ, ਔਰ ਇਸ ਪ੍ਰੋਗਰਾਮ ਦਾ ਮਾਧਿਅਮ ਹੈ ਪਲੈਨਟ 104.6 FM। ਔਰ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਸਹਾਇਤਾ ਕਰਦੇ ਨੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ। ਤੋ ਅੱਜ ਦੇ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ, ਔਰ ਜਿਹੜਾ ਵਿਸ਼ਾ ਅਸੀਂ ਅੱਜ ਡਿਸਕਸ ਕਰਨ ਜਾ ਰਹੇ ਹਾਂ ਕੋਈ ਖਾਸ ਵਿਸ਼ਾ ਵਿਸ਼ੇਸ਼ ਤਾਂ ਨਹੀਂ ਹੈ, ਪਰ ਰਿਜ਼ਰਵੇਸ਼ਨ ਜਿਹੜੀ ਕਿ ਹਿੰਦੁਸਤਾਨ ਵਿੱਚ ਹੁੰਦੀ ਹੈ, ਰਿਜ਼ਰਵੇਸ਼ਨ ਜਿਹੜੇ ਲੋਕਾਂ ਨੂੰ ਲੋੜ ਹੈ ਮਦਦ ਦੀ, ਚਾਹੇ ਉਹ ਸਮਾਜਿਕਤਾ ਨੂੰ ਲੈ ਕੇ ਹੋਵੇ ਚਾਹੇ ਆਰਥਿਕਤਾ ਨੂੰ ਲੈ ਕੇ ਹੋਵੇ, ਇਸ ਮੁੱਦੇ ਤੇ ਕੁਝ ਗੱਲਬਾਤ ਕਰਾਂਗੇ। ਉਸ ਤੋਂ ਇਲਾਵਾ ਟਰਾਂਸ ਪੈਸੀਫਿਕ ਪਾਰਟਨਰਸ਼ਿਪ ਅਗਰੀਮੈਂਟ ਦੀ ਇੱਕ ਛੋਟੀ ਜਿਹੀ ਅਪਡੇਟ ਹੈ ਉਹ ਵੀ ਤੁਹਾਨੂੰ ਦਿੰਦੇ ਚੱਲਾਂਗੇ। ਔਰ ਅਗਰ ਵਕਤ ਨੇ ਇਜਾਜ਼ਤ ਦਿੱਤੀ ਤੋ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਬਾਰੇ ਵੀ ਇੱਕ ਦੋ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਤੋ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਭਾਰਤੀ ਜੀ ਨੂੰ ਅਸੀਂ ਔਨਅਰ ਲੈਂਦੇ ਹਾਂ ਤਾਂ ਕਿ ਉਹ ਵੀ ਇਸ ਰਿਜ਼ਰਵੇਸ਼ਨ ਦੇ ਟੌਪਿਕ ਤੇ ਤੁਹਾਡੇ ਨਾਲ ਗੱਲਬਾਤ ਕਰ ਸਕਣ। ਭਾਰਤੀ ਜੀ, ਤੁਸੀਂ ਔਨਅਰ ਹੋ। ਅਨੂ ਜੀ, ਮੇਰੇ ਪਿਆਰੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਭਾਰਤੀ ਭਾਵ ਵੱਲੋਂ ਪਿਆਰ ਭਰੀ ਸਲਾਮ। ਤੋ ਅਸੀਂ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਰਿਜ਼ਰਵੇਸ਼ਨ ਦਾ, ਉਹਦੇ ਤੇ ਗੱਲਬਾਤ ਸ਼ੁਰੂਆਤ ਕਰਦੇ ਹਾਂ। ਉਹਦੇ ਵਿੱਚ ਐਂ ਸੀਗਾ ਕਿ ਪਿਛਲੇ ਹਫ਼ਤੇ ਜਿਹੜਾ ਸੋਚ ਦਾ ਸਫ਼ਰ ਆ, ਉਸ ਤੋਂ ਬਾਅਦ ਵੀਰ ਕੁਲਦੀਪ ਸਿੰਘ ਹੁਣੀ ਤੇ ਵੀਰ ਸਾਹਿਬ ਸਿੰਘ ਹੁਣੀ ਜਿਹੜਾ ਪ੍ਰੋਗਰਾਮ ਪੇਸ਼ ਕਰਦੇ ਨੇ, ਉਹਦੇ ਵਿੱਚ ਕੁਛ ਸਵਾਲ ਉੱਠੇ ਸੀਗੇ, ਜਿਹਦੇ ਵਿੱਚੋਂ ਵੀਰ ਸਾਹਿਬ ਸਿੰਘ ਹੁਣੀ ਇਹ ਥੋੜਾ ਇੱਕ ਪ੍ਰਸ਼ਨ ਲਾਇਆ ਸੀਗਾ ਕਿ ਰਿਜ਼ਰਵੇਸ਼ਨ ਸ਼ਾਇਦ ਪੂਰੇ ਤਰੀਕੇ ਨਾਲ ਕੰਮ ਨਹੀਂ ਕਰ ਰਹੀ। ਸੋ ਇਹ ਇੱਕ ਟੌਪਿਕ ਨੂੰ ਲੈ ਕੇ ਥੋੜਾ ਜਿਹਾ ਆਪਾਂ ਡਿਸਕਸ ਕਰਾਂਗੇ ਜੀ। ਇਹਦਾ ਹਿਸਟੋਰੀਕਲ ਜਿਹੜੇ ਰੀਜ਼ਨਿੰਗ ਹੈਗੀ ਆ ਤੇ ਇਹ ਕਿਵੇਂ ਕੰਮ ਕਰ ਰਹੀ ਜਾਂ ਨਹੀਂ ਕੰਮ ਕਰ ਰਹੀ, ਸੋ ਇਹ ਇਸ ਮਸਲੇ ਨੂੰ ਲੈ ਕੇ ਆਪਾਂ ਥੋੜੀ ਜਿਹਾ ਡਿਸਕਸ਼ਨ ਕਰਾਂਗੇ। ਸੋ ਅਨੂ ਜੀ, ਪਹਿਲੀ ਗੱਲ ਤੇ ਇਹ ਹੈ ਕਿ ਈਵਨ ਜੇ ਆਪਾਂ ਸਿੱਖ ਫਿਲੋਸਫੀ, ਸਿੱਖ ਧਰਮ ਦੀ ਉਹਦੇ ਅਕੋਰਡਿੰਗਲੀ ਵੀ ਇਸ ਚੀਜ਼ ਨੂੰ ਦੇਖਿਆ ਜਾਵੇ, ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਹੈ, ਖੰਡੇ ਦੀ ਪਹੁੰਚ ਦੇ ਵਿੱਚੋਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਗਿਆ ਆ, ਉਹਦੇ ਵਿੱਚੋਂ ਭਾਈ ਸਾਹਿਬ ਸਿੰਘ ਜੀ ਨਾਈ ਪਰਿਵਾਰ ਤੋਂ ਸੀ, ਬੇਦਰ ਕਰਨਾਟਕਾ ਦੇ ਸਾਊਥ ਦੇ ਏਰੀਏ ਨੂੰ ਬਿਲੋਂਗ ਕਰਦੇ ਸੀ, ਭਾਈ ਧਰਮ ਸਿੰਘ ਹੁਣੀ ਜੱਟ ਪਰਿਵਾਰ ਨੂੰ ਬਿਲੋਂਗ ਕਰਦੇ ਸੀ, ਪਰ ਕਿਉਂਕਿ ਉਸ ਟਾਈਮ ਤੇ ਜੱਟ ਵੀ ਜਿਹੜੇ ਸੀਗੇ ਉਹ ਵੀ ਦਲਿਤਾਂ ਦੇ ਦਲਿਤ ਹੀ ਸਨ,
ਤੇ ਹਸਤੀਨਾਪੁਰ ਜਿਹੜਾ ਮੇਰਠ ਦੇ ਲਾਗੇ ਯੂਪੀ ਦੇ ਵਿੱਚ ਹੈ ਆ, ਭਾਈ ਹਿੰਮਤ ਸਿੰਘ ਹੁਣੀ ਜਿਹੜੇ ਘੁਮਿਆਰ ਪਰਿਵਾਰ ਨੂੰ ਬਿਲੋਂਗ ਕਰਦੇ ਸੀਗੇ, ਤੇ ਇਹ ਜਿਹੜੀ ਜਗਨਨਾਥਪੁਰੀ ਉੜੀਸਾ ਦੇ ਵਿੱਚ ਉਹਨੂੰ ਬਿਲੋਂਗ ਕਰਦੇ ਸੀ। ਭਾਈ ਮੋਕਮ ਸਿੰਘ ਹੁਣੀ ਜਿਹੜੇ ਛੀਂਬਾ ਪਰਿਵਾਰ ਤੋਂ ਸੀਗੇ ਤੇ ਦੁਆਰਕਾ ਗੁਜਰਾਤ ਨੂੰ ਬਿਲੋਂਗ ਕਰਦੇ ਸੀ, ਤੇ ਸਿਰਫ ਇੱਕੋ ਹੀ ਭਾਈ ਦਇਆ ਸਿੰਘ ਹੁਣੀ ਜਿਹੜੇ ਸਿਰਫ ਇੱਕ ਖੱਤਰੀ ਲਾਹੌਰ ਤੋਂ ਖੱਤਰੀ ਪਰਿਵਾਰ ਨੂੰ ਬਿਲੋਂਗ ਕਰਦੇ ਸੀ। ਸੋ ਇਹਦੇ ਵਿੱਚ ਮੈਨੂੰ ਇਹ ਜਾਪਦਾ ਕਿ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੋ ਕੰਮ ਬਹੁਤ ਵੱਡੇ ਕੀਤੇ। ਉਹ ਇਹ ਕਿ ਇੱਕ ਤੇ ਸਾਰੇ ਹਿੰਦੁਸਤਾਨ ਨੂੰ ਇਕੱਠਾ ਕੀਤਾ ਜੀ, ਤੇ ਦੂਸਰਾ ਮੈਨੂੰ ਇਹ ਜਾਪਦਾ ਵੀ ਜਿਹੜਾ ਰਿਜ਼ਰਵੇਸ਼ਨ ਵਾਲਾ ਕੰਸੈਪਟ ਆ ਉਹ ਉਹਨਾਂ ਦੇ ਦਿਮਾਗ 'ਚ ਬਿਲਕੁਲ ਕਿਤੇ ਨਾ ਕਿਤੇ ਸੀਗਾ। ਉਹ ਇਸ ਕਰਕੇ ਕਿਉਂਕਿ ਉਹ ਜਿਹੜੀ ਜ਼ਿਲਤ ਦੇ ਵਿੱਚ ਜਿਹੜੇ ਦਲਿਤ ਉਸ ਤੋਂ ਪਹਿਲਾਂ ਰਹਿ ਰਹੇ ਸੀਗੇ ਉਹਨਾਂ ਨੂੰ ਉਹਦੇ ਵਿੱਚੋਂ ਕੱਢਣ ਲਈ ਜੀ, ਕਿਉਂਕਿ ਅਨੂ ਜੀ ਘਰ ਦੇ ਵਿੱਚ ਜਦੋਂ ਜਾਂ ਘਰ ਦੇ ਵਿੱਚ ਜਾਂ ਆਪਣੇ ਪਰਿਵਾਰ ਦੇ ਵਿੱਚ ਵੀ ਜਾਂ ਕੋਈ ਬੱਚਿਆਂ ਦੇ ਜਿਹੜੇ ਸਪੈਸ਼ਲ ਨੀਡਸ ਹੁੰਦੇ ਨੇ ਠੀਕ, ਤੇ ਉਹਨਾਂ ਨੂੰ ਸਪੈਸ਼ਲ ਨੀਡ ਵਾਲੇ ਸਕੂਲਾਂ ਚ ਪਾਇਆ ਜਾਂਦਾ, ਉਹਨਾਂ ਨੂੰ ਇੱਕ ਵੱਖਰੀ ਸਹਾਇਤਾ ਦਿੱਤੀ ਜਾਂਦੀ ਹੈ। ਬਿਲਕੁਲ, ਮਤਲਬ ਕਿ ਨਿਆਸਰਿਆਂ ਨੂੰ ਆਸਰਾ ਦੇਣ ਦਾ ਇਹ ਕਨਸੈਪਟ ਹੈ ਜਿਹੜਾ ਕਿ ਉਹਨਾਂ ਨੇ ਪ੍ਰੈਕਟੀਕਲੀ ਕਰਕੇ ਵਿਖਾਇਆ। ਬਿਲਕੁਲ, ਹਿੰਦੁਸਤਾਨ ਦੀ ਹਿਸਟਰੀ ਦੇ ਵਿੱਚ ਪਹਿਲਾਂ ਇਦਾਂ ਕਦੀ ਨਹੀਂ ਹੋਇਆ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਪਹਿਲਾਂ ਜਿਹੜੇ ਮਹਾਤਮਾ ਬੁੱਧ ਜਾਂ ਗੁਰੂ ਰਵਿਦਾਸ ਜੀ ਉਹਨਾਂ ਨੇ ਇੱਕ ਇੱਕ ਸੋਲ ਦੀ ਗੱਲ ਕੀਤੀ, ਜਿਹੜਾ ਪਹਿਲਾਂ ਜਿਹੜੀਆਂ ਸਿਮ੍ਰਿਤੀਆਂ ਸੀਗੀਆਂ ਜਿਹੜੀਆਂ ਬ੍ਰਾਹਮਣਵਾਦ ਦੀਆਂ ਉਹਨਾਂ ਦੇ ਵਿਰੁੱਧ ਆਵਾਜ਼ ਉਠਾਈ। ਪਰ ਇੱਕ ਇਹ ਜਿਹੜਾ ਇੱਕ ਇਨਕਲਾਬ ਲਿਆਂਦਾ ਗਿਆ ਲੋਕਾਂ ਦੇ ਵਿੱਚ, ਮੇਰੇ ਖਿਆਲ ਸ਼ਾਇਦ ਇਹ ਪਹਿਲਾਂ ਨਹੀਂ ਸੀ ਹੋਇਆ। ਸੋ ਮੈਨੂੰ ਇਹ ਪੱਕਾ ਯਕੀਨ ਹੈ ਕਿ ਜਿਹੜਾ ਰਿਜ਼ਰਵੇਸ਼ਨ ਦਾ ਕੋਨਸੈਪਟ ਆ ਉਹ ਸਿੱਖ ਧਰਮ ਦਾ ਇੱਕ ਬਹੁਤ ਵੱਡਾ ਹਿੱਸਾ ਆ ਕਿ ਜਿਹੜੇ ਲਤਾੜੇ ਹੋਏ ਲੋਕ ਨੇ ਉਹਨਾਂ ਨੂੰ ਹੁਣ ਇਹ ਗੱਲ ਜਿਹੜੀ ਹੈਗੀ ਕਿ ਹਾਂ ਉਸ ਤੋਂ ਬਾਅਦ ਜਿਹੜੇ ਜਦੋਂ ਦਲਿਤਾਂ ਨੂੰ ਜਦੋਂ ਸਿੱਖ ਬਣਾ ਦਿੱਤਾ ਗਿਆ ਜੀ, ਤੇ ਉਸ ਤੋਂ ਬਾਅਦ ਮਸਲਾ ਖਤਮ ਹੋ ਗਿਆ। ਉਹਨਾਂ ਨੇ ਸਾਨੂੰ ਇੱਕ ਡਾਇਰੈਕਸ਼ਨ ਦਿੱਤੀ ਆ ਜੀ, ਉਸ ਤੋਂ ਬਾਅਦ ਇਹ ਸਾਡਾ ਆਪਣੇ ਸਿੱਖ ਭਾਈਚਾਰੇ ਦਾ ਫਰਜ਼ ਬਣਦਾ ਸੀਗਾ ਕਿ ਇਹ ਜਿਹੜਾ ਕੋਨਸੈਪਟ ਆ ਇਹਨੂੰ ਇਹਦੇ ਤੇ ਚੈੱਕ ਕਿੱਦਾਂ ਕੀਤਾ ਜਾਵੇ ਵੀ ਇਹ ਇੰਪਲੀਮੈਂਟ ਹੋ ਰਿਹਾ ਜਾਂ ਨਹੀਂ। ਜੀ ਬਿਲਕੁਲ, ਕਿਉਂਕਿ ਉਹ ਜਿਹੜੀ ਦਲਿਤ ਦੀ ਮੇਰਾ ਖਿਆਲ ਆ ਪਰਿਭਾਸ਼ਾ ਸਮੇਂ ਦੇ ਨਾਲ ਅਪਡੇਟ ਹੁੰਦੀ ਰਹਿਣੀ ਚਾਹੀਦੀ ਸੀਗੀ, ਅਪਡੇਟ ਹੁੰਦੀ ਰਹਿਣੀ ਚਾਹੀਦੀ ਸੀ, ਔਰ ਉਹਦੇ ਤੇ ਇੱਕ ਚੈੱਕ ਹੋਣਾ ਚਾਹੀਦਾ ਸੀ ਕਿ ਜਿਹੜਾ ਸਾਨੂੰ ਸੰਦਰਭ ਦੇ ਕੇ ਗਏ ਆ ਉਹਦੀ ਰਾਖੀ ਕੌਣ ਕਰੂਗਾ। ਉਹਦੇ ਵਿੱਚ ਮੇਰੇ ਖਿਆਲ ਕਿਤੇ ਨਾ ਕਿਤੇ ਕਾਫੀ ਕਮੀ ਰਹਿ ਗਈ ਆ ਜਿਹੜੇ ਹੁਣ ਦੇ ਜਿੱਥੇ ਤੱਕ ਮਸਲੇ ਪਹੁੰਚ ਚੁੱਕੇ ਨੇ ਜੀ। ਸੋ ਦੂਸਰੀ ਗੱਲ ਇਹ ਆ ਜੀ ਕਿ ਰਿਜ਼ਰਵੇਸ਼ਨ ਦਾ ਹੋਣਾ ਇਸ ਕਰਕੇ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਗਰੀਬੀ ਦਾ ਇੱਕ ਪਹਿਲੀ ਗੱਲ ਮੈਂ ਥੋੜਾ ਜਿਹਾ ਪਹਿਲਾਂ ਇਸ ਤੋਂ ਬਾਅਦ ਗਰੀਬੀ ਤੇ ਜਾਵਾਂ ਮੈਂ ਉਹਨੂੰ ਜੀ ਥੋੜੇ ਜਿਹਾ ਮੈਂ ਡੇਟਾ ਦੇਣਾ ਚਾਹੁੰਦਾ ਖਾਸ ਕਰਕੇ ਹਿੰਦੁਸਤਾਨ ਦੇ ਮਾਮਲੇ ਦੇ ਵਿੱਚ ਕਿ ਹਿੰਦੁਸਤਾਨ ਦੀ 55% ਆ ਜਿਹੜੀ ਪਾਪੂਲੇਸ਼ਨ ਆ ਜਿਹੜੀ ਜਨਸੰਖਿਆ ਉਹ ਗਰੀਬ ਹੈ। ਗਰੀਬ ਉਹਦਾ ਡੇਟਾ ਐਂ ਲੱਗਦਾ ਕਿ ਜਿਹੜੇ ਲੋਕੀ $2 ਪਹਿਲਾਂ $1 ਹੁੰਦਾ ਸੀ ਜਿਹੜੇ $2 ਤੋਂ ਘੱਟ ਇੱਕ ਦਿਨ ਦੇ ਵਿੱਚ ਜਿਹਨਾਂ ਦੀ ਤਨਖਾਹ ਆ ਉਹਨਾਂ ਨੂੰ ਗਰੀਬ ਮੰਨਿਆ ਜਾਂਦਾ। ਸੋ ਉਹਦੇ ਵਿੱਚੋਂ ਜਿਹੜੇ ਆਦਿਵਾਸੀ ਲੋਕ ਨੇ ਉਹਨਾਂ ਦੇ 81.4% ਜਿਹੜੇ ਲੋਕ ਨੇ ਸਭ ਤੋਂ ਜ਼ਿਆਦਾ ਗਰੀਬ ਜਿਹੜੇ ਨੇ ਆਦਿਵਾਸੀ ਨੇ। ਸੋ ਇਹਦਾ ਇੱਕ ਪਰੂਫ ਇਹ ਵੀ ਮਿਲਦਾ ਹੈ ਕਿ ਕਿਉਂਕਿ ਜਿੱਥੇ ਜ਼ਿਆਦਾ ਸੱਟ ਵੱਡੀ ਲੱਗਦੀ ਨਾ ਤੇ ਰਿਵੋਲਟ ਵੀ ਉੱਥੇ ਸਭ ਤੋਂ ਵੱਡਾ ਹੁੰਦਾ। ਸੋ ਉਹ ਜਿਹੜਾ ਅਸੀਂ ਦੇਖ ਰਹੇ ਹਾਂ ਛੱਤੀਸਗੜ੍ਹ ਦੇ ਵਿੱਚ ਜਿਹੜੇ ਟ੍ਰਾਈਬਲ ਏਰੀਆ ਦੇ ਵਿੱਚ ਆਦਿਵਾਸੀ ਏਰੀਆ ਦੇ ਵਿੱਚ ਜਿੱਥੇ ਇੱਕ ਨਵਾਂ ਇਨਕਲਾਬ ਆ ਰਿਹਾ ਔਰ ਉਹ ਅਥਾਰਿਟੀ ਦੇ ਖਿਲਾਫ ਲੜ ਰਹੇ ਨੇ। ਸੋ ਉਹ ਇੱਕ ਮੈਨੂੰ ਲੱਗਦਾ ਕਾਰਨ ਹੈ ਕਿ ਉੱਥੇ ਜ਼ਿਆਦਾ ਧੱਕਾ ਬਹੁਤ ਪਹਿਲਾਂ ਤੋਂ ਬਹੁਤ ਜ਼ਿਆਦਾ ਹੋ ਚੁੱਕਿਆ। ਸੋ ਉਸ ਤੋਂ ਬਾਅਦ ਦੂਸਰੀ ਫਿਰ ਜਿਹੜੀ ਕੈਟੇਗਰੀ ਆਉਂਦੀ ਹੈ ਜਿਹੜੇ ਦਲਿਤ ਪਰਿਵਾਰ ਉਹਨਾਂ ਦੇ ਵਿੱਚੋਂ 65.8% ਜਿਹੜੇ ਨੇ ਉਹ ਗਰੀਬ ਹੈਗੇ ਆ, ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਬੈਕਵਰਡ ਕਲਾਸਿਸ ਆਉਂਦੀਆਂ ਨੇ ਉਹਨਾਂ ਦੇ ਵਿੱਚ 58.3% ਗਰੀਬ ਜਨਸੰਖਿਆ, ਤੇ ਜਿਹੜੀ ਬਾਕੀ ਦੀ ਜਿਹੜੀ ਪਾਪੂਲੇਸ਼ਨ ਆ ਉਹਦੇ ਵਿੱਚ 33% ਜਿਹੜੇ ਆ ਉਹ ਗਰੀਬ ਦਰਸਾਏ ਜਾਂਦੇ ਆ। ਮਤਲਬ ਜਿਹੜੇ ਕਿ ਰਿਜ਼ਰਵੇਸ਼ਨ ਦੀ ਕਿਸੇ ਵੀ ਕੈਟੇਗਰੀ ਚ ਫਿੱਟ ਨਹੀਂ ਹੁੰਦੇ, ਜਿਹੜੇ ਰਿਜ਼ਰਵੇਸ਼ਨ ਦੀ ਕਿਸੇ ਵੀ ਕੈਟੇਗਰੀ ਚ ਫਿੱਟ ਨਹੀਂ ਹੁੰਦੇ। ਹਾਂਜੀ, ਸੋ ਇਹ ਜਿਹੜਾ ਇੱਕ ਨੂੰ ਜਿਹੜਾ ਇੱਕ ਗਰੀਬੀ ਦਾ ਜਿਹੜਾ ਸਾਈਕਲ ਆ ਨਾ ਜੀ, ਇਹ ਸਾਈਕਲ ਬੜਾ ਖਤਰਨਾਕ ਹੈਗਾ। ਉਹ ਇਸ ਕਰਕੇ ਕਿ ਜਦੋਂ ਤੁਹਾਡੇ ਪੇਰੈਂਟਸ ਗਰੀਬ ਹੋਣ ਜੀ, ਤੇ ਗਾਂ ਤੇ ਗਾਂ ਫਿਰ ਕਿਉਂਕਿ ਤੁਸੀਂ ਵੀ ਇੱਕ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਊਗੇ, ਬਿਲਕੁਲ ਪਹਿਲੀ ਗੱਲ ਤਾਂ ਇਹ ਆ ਕਿ ਉਹ ਜਦੋਂ ਬੱਚਾ ਜਦੋਂ ਗਰਭ ਦੇ ਵਿੱਚ ਹੁੰਦਾ ਨਾ
ਉਹ ਤੇ ਅਸਰ ਉਦੋਂ ਹੀ ਸ਼ੁਰੂ ਹੋ ਜਾਂਦਾ ਕਿਉਂਕਿ ਜਿਹੜੀ ਜਿਹੜੀ ਗਰਭਵਤੀ ਮਾਂ ਆ ਜਿਹਨੂੰ ਪੌਸ਼ਟਿਕ ਆਹਾਰ ਨਹੀਂ ਮਿਲਣੇ ਹੈਗੇ ਤੇ ਉਹ ਜਿਹੜੀ ਬੱਚੇ ਦੀ ਡਿਵੈਲਪਮੈਂਟ ਆ ਉਹ ਸ਼ੁਰੂਆਤ ਹੀ ਨਹੀਂ ਉਹਦੀ ਠੀਕ ਹੁੰਦੀ ਈਵਨ ਗਰਭ ਦੇ ਵਿੱਚੋਂ ਹੀ ਤੇ ਬਾਹਰ ਆ ਕੇ ਫਿਰ ਜਦੋਂ ਬੱਚਾ ਜਦੋਂ ਪੈਦਾ ਹੁੰਦਾ ਆ ਉਸ ਤੋਂ ਬਾਅਦ ਜਿਹੜੇ ਹਾਲਾਤ ਜਿਹੜੇ ਨੇ ਐਜੂਕੇਸ਼ਨ ਨਹੀਂ ਮਿਲਦੀ ਹੈਗੀ ਉਹ ਸਾਈਕਲ ਜਿਹੜਾ ਫਿਰ ਉਹ ਚੱਲਦਾ ਰਹਿੰਦਾ ਗਰੀਬ ਦਾ ਔਰ ਕਿਉਂਕਿ ਅਨੂ ਜੀ ਮੈਨੂੰ ਪੰਜਾਬ ਤੋਂ ਬਾਹਰ ਰਹਿਣ ਦਾ ਵੀ ਬਹੁਤ ਮੌਕਾ ਮਿਲਿਆ 10-11 ਸਾਲ ਮੈਂ ਮਹਾਰਾਸ਼ਟਰ ਨਾਗਪੁਰ ਦੇ ਵਿੱਚ ਰਿਹਾ ਸੋ ਇਹਦੇ ਜਿਹੜੇ ਸਬੂਤ ਨੇ ਉਹ ਤੁਹਾਨੂੰ ਜਗ੍ਹਾ ਜਗ੍ਹਾ ਤੇ ਮਿਲਦੇ ਮੇਰੇ ਦੋਸਤ ਕਾਫੀ ਦਲਿਤ ਪਰਿਵਾਰਾਂ ਦੇ ਵਿੱਚ ਹੁੰਦੇ ਸੀਗੇ ਬਹੁਤ ਹੀ ਇੰਟੈਲੀਜੈਂਟ ਔਰ ਜੇ ਉਹਨਾਂ ਨੂੰ ਉਹ ਓਪਰਚੁਨਿਟੀ ਨਾ ਮਿਲੀ ਹੁੰਦੀ ਤੇ ਉਹ ਸਾਈਕਲ ਨਹੀਂ ਸੀ ਤੋੜ ਸਕਦੇ ਬਿਲਕੁਲ ਬੜੀ ਇਤਫਾਕ ਦੀ ਗੱਲ ਹੈ ਕਿ ਅੱਜ ਮੈਂ ਜਦੋਂ ਰੇਡੀਓ ਸਟੇਸ਼ਨ ਆ ਰਹੀ ਸੀਗੀ ਤਾਂ ਮੈਂ ਰੇਡੀਓ ਨਿਊਜ਼ੀਲੈਂਡ ਨੈਸ਼ਨਲ ਸੁਣ ਰਹੀ ਸੀ ਉਹ ਵੀ ਇੱਕ ਰਿਸਰਚ ਦਾ ਪੇਪਰ ਦਾ ਜ਼ਿਕਰ ਕਰ ਰਹੇ ਸੀ ਜਿਹੜਾ ਹਾਲ ਵਿੱਚ ਪਬਲਿਸ਼ ਹੋਇਆ ਔਰ ਮੈਨੂੰ ਇਹ ਨਹੀਂ ਮੈਂ ਇਨਫੋਰਮੇਸ਼ਨ ਲੈ ਸਕੀ ਕਿ ਉਹਨਾਂ ਨੇ ਕਿੰਨਾ ਅਰਸਾ ਪਿੱਛੇ ਗਏ ਨੇ ਰਿਸਰਚ ਕਰਨ ਲਈ ਉਹਨਾਂ ਨੇ ਨਿਊਜ਼ੀਲੈਂਡ ਚ ਰਿਸਰਚ ਕੀਤੀ ਹੈ ਇਸੇ ਗੱਲ ਨੂੰ ਲੈ ਕੇ ਕਲਾਸ ਸਿਸਟਮ ਨੂੰ ਔਰ ਉਹ ਰਿਸਰਚ ਦਾ ਸਿੱਟਾ ਇਹ ਨਿਕਲਿਆ ਕਿ ਉਹ ਜਿਹੜਾ ਵੀ ਕੋਈ ਅਰਸਾ ਉਹ ਪਿਛਲੇ 20-30-40 ਸਾਲ ਦਾ ਮੈਨੂੰ ਪਤਾ ਕਰਨਾ ਪਏਗਾ ਦੇਖ ਰਹੇ ਨੇ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਨਿਊਜ਼ੀਲੈਂਡ ਵਿੱਚ ਕੋਈ ਖਾਸ ਸੋਸ਼ਲ ਮੋਬਿਲਿਟੀ ਨਹੀਂ ਹੋ ਸਕੀ ਯਾਨੀ ਕਿ ਲੋਕ ਜਿਹੜੇ ਵਰਕਿੰਗ ਕਲਾਸ ਨੇ ਕੋਈ ਉਹਨਾਂ ਚੋਂ ਬਹੁਤ ਜ਼ਿਆਦਾ ਮਿਡਲ ਕਲਾਸ ਨਹੀਂ ਹੁਣ ਬਣ ਗਏ ਐਂਡ ਜਿਹੜੇ ਮਿਡਲ ਕਲਾਸ ਨੇ ਉਹਨਾਂ ਚੋਂ ਕੋਈ ਬਹੁਤ ਜ਼ਿਆਦਾ ਅਪਰ ਕਲਾਸ ਚ ਨਹੀਂ ਆ ਗਏ ਸੋ ਇਹ ਇੱਕ ਡਿਵੈਲਪਡ ਮੁਲਕ ਦੀ ਗੱਲ ਕਰ ਰਹੇ ਹਾਂ ਜਿੱਥੇ ਕਿ ਹਾਲਾਤ ਇਸ ਤਰ੍ਹਾਂ ਦੇ ਨੇ ਤੋ ਜਿਹੜੇ ਡਿਵੈਲਪਿੰਗ ਦੇਸ਼ ਨੇ ਉਹਨਾਂ ਚ ਤੇ ਹਾਲਾਤ ਇਸ ਤੋਂ ਬਦਤਰ ਹੀ ਹੋਣਗੇ ਹਾਂਜੀ ਅਨੂ ਜੀ ਆਪਾਂ ਬਹੁਤੇ ਇੱਥੇ ਆਪਾਂ ਲੋਕ ਜਿਹੜੇ ਆਏ ਆ ਪਿੰਡਾਂ ਤੋਂ ਹੀ ਆਏ ਆ ਤੇ ਪਿੰਡਾਂ ਦੇ ਵਿੱਚ ਜਿਵੇਂ ਪੋਪੂਲੇਸ਼ਨ ਦੀ ਵੰਡ ਹੁੰਦੀ ਹੈ ਤੇ ਹਮੇਸ਼ਾ ਹੀ ਜਿਹੜਾ ਦਲਿਤ ਪਰਿਵਾਰਾਂ ਵਾਲਾ ਜਿਹੜਾ ਏਰੀਆ ਹੁੰਦਾ ਹਮੇਸ਼ਾ ਉਹ ਗਰੀਬੀ ਦਾ ਹੁੰਦਾ ਹਾਂ ਤੁਸੀਂ ਮੈਨੂੰ ਅੱਜ ਦੱਸ ਰਹੇ ਸੀ ਕਿ ਜਿਹੜਾ ਸੰਵਿਧਾਨ ਜਿਹੜਾ ਉਹ ਇਹ ਸਾਰੇ ਮਾਮਲੇ ਦੇ ਵਿੱਚ ਕੀ ਕਹਿੰਦਾ ਉਹ ਵੀ ਬੜੀ ਇੰਟਰਸਟਿੰਗ ਗੱਲ ਹੈ ਹਾਂਜੀ ਉਹਨਾਂ ਨੇ ਪ੍ਰੋਵੀਜ਼ਨ ਰੱਖੀ ਹੋਈ ਹੈ ਕਿਸ ਤਰ੍ਹਾਂ ਇਹਨੂੰ ਮੈਨੇਜ ਕਰਨਾ ਹੈ ਪਰ ਇਹ ਅਲੱਗ ਗੱਲ ਹੈ ਕਿ ਸਾਨੂੰ ਪ੍ਰੈਕਟੀਕਲੀ ਨਹੀਂ ਨਜ਼ਰ ਆ ਰਿਹਾ ਕਿ ਉਹ ਪ੍ਰੋਵੀਜ਼ਨ ਨੂੰ ਇਨਫੋਰਸ ਜਾਂ ਇੰਪਲੀਮੈਂਟ ਕੀਤਾ ਹੋਵੇ ਜਿਹੜਾ ਮੈਂ ਬਿਲਕੁਲ ਬਰੀਫ ਚ ਦੱਸਾਂਗੀ ਕਿ ਜਿਹੜੇ ਲੋਕ ਰਿਜ਼ਰਵੇਸ਼ਨ ਦੇ ਤਹਿਤ ਫਰਜ਼ ਕਰੋ ਕਿਸੇ ਕੌਨਸਟੀਟਿਊਸ਼ਨਲ ਪੋਸਟ ਤੇ ਪਹੁੰਚ ਜਾਂਦੇ ਨੇ ਜਿਸ ਤਰ੍ਹਾਂ ਕਿ ਦੇਸ਼ ਦੇ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਜਾਂ ਸੁਪਰੀਮ ਕੋਰਟ ਦੇ ਜੱਜ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਅੱਗੇ ਫਿਰ ਬਿਲਕੁਲ ਵੀ ਰਿਜ਼ਰਵੇਸ਼ਨ ਨਹੀਂ ਮਿਲ ਸਕਦੀ ਮਤਲਬ ਕਿ ਉਹਨਾਂ ਦੀ ਆਰਥਿਕਤਾ ਕਿਸੇ ਹੱਦ ਤੱਕ ਸਮਾਜਿਕਤਾ ਵੀ ਉਹ ਇੱਕ ਲੈਵਲ ਪਲੇਇੰਗ ਫੀਲਡ ਤੇ ਪਹੁੰਚ ਗਈ ਹੈ ਕਿ ਉਹ ਰਿਜ਼ਰਵੇਸ਼ਨ ਦਾ ਜਿਹੜਾ ਕੰਮ ਸੀ ਉਹ ਪੂਰਾ ਹੋ ਚੁੱਕਿਆ ਹਾਂਜੀ ਉਸ ਦੇ ਨਾਲ ਨਾਲ ਹੁਣ ਜੇ ਆਪਾਂ ਦੇਖਿਆ ਜਾਵੇ ਜੋ ਇਸ ਟਾਈਮ ਖਾਸ ਕਰਕੇ ਪੰਜਾਬ ਚ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ ਹੈ ਜਿਹੜਾ ਛੋਟਾ ਕਿਸਾਨ ਆ ਉਹ ਆਤਮ ਹੱਤਿਆ ਕਰ ਰਿਹਾ ਹੈਗਾ ਠੀਕ ਸੋ ਈਵਨ ਦੋ ਉਹ ਦਲਿਤ ਪਰਿਵਾਰਾਂ ਚੋਂ ਨਹੀਂ ਹੈਗਾ ਉਹਨੂੰ ਵੀ ਦਲਿਤ ਪਰਿਵਾਰਾਂ ਦੇ ਵਿੱਚ ਸ਼ਾਮਲ ਹੋਣਾ ਕਰਨਾ ਚਾਹੀਦਾ ਮਤਲਬ ਇਹ ਹੈ ਕਿ ਦੇਖਣ ਦੀ ਲੋੜ ਇਹ ਹੈ ਕਿ ਓਪਰੇਸ਼ਨ ਜਾਂ ਐਕਸਪਲੋਇਟੇਸ਼ਨ ਸ਼ੋਸ਼ਣ ਕਿੱਥੇ ਔਰ ਕਿਹਦਾ ਹੋ ਰਿਹਾ ਹੈ ਰਿਜ਼ਰਵੇਸ਼ਨ ਉਹਨਾਂ ਤੇ ਲਾਗੂ ਹੋਣੀ ਚਾਹੀਦੀ ਹੈ ਰਿਗਾਰਡਲੈਸ ਆਫ ਕਾਸਟ ਰਿਲੀਜਨ ਜਾਂ ਹੋਰ ਕੋਈ ਵੀ ਜਿਹੜੇ ਅਸੀਂ ਸੋਚਦੇ ਹਾਂ ਕਿ ਜਿਹਦੇ ਆਧਾਰ ਤੇ ਰਿਜ਼ਰਵੇਸ਼ਨ ਹੁੰਦੀ ਹੈ ਉਹ ਸਾਰਾ ਕੁਝ ਇਰਰੈਲੇਵੈਂਟ ਹੋਣਾ ਚਾਹੀਦਾ ਹੈ ਅਨੂ ਜੀ ਇਹਦੇ ਨਾਲ ਇੱਕ ਗੱਲ ਆਪਾਂ ਨੂੰ ਜ਼ਰੂਰ ਯਾਦ ਰੱਖਣੀ ਪਊਗੀ ਕਿ ਜਿਹੜਾ ਡੇਟਾ ਦੱਸਦਾ ਆ ਜਾਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਆਪਾਂ ਦੇਖਿਆ ਆ ਕਿ ਫਿਲਹਾਲ ਇਹ ਗੱਲ ਪੱਕੀ ਹੈਗੀ ਹੈ ਕਿ ਜਿਹੜੇ ਆਦਿਵਾਸੀ ਪਰਿਵਾਰ ਨੇ ਜਾਣੇ ਦਲਿਤ ਪਰਿਵਾਰ ਨੇ ਉਹਨਾਂ ਦੀ ਜਿਹੜੀ ਗਰੀਬੀ ਰੇਖਾ ਆ ਉਹ ਸਾਰੇ ਹਿੰਦੁਸਤਾਨ ਨੂੰ ਜੇ ਲਈਏ ਪੰਜਾਬ ਨੂੰ ਛੱਡ ਕੇ ਬਾਕੀ ਜਿਹੜੇ ਪ੍ਰਦੇਸ਼ਾਂ ਦੇ ਵਿੱਚ ਉਹਨਾਂ ਦੀ ਹਾਲਤ ਜਿਹੜੀ ਆ ਉਹ ਜ਼ਿਆਦਾ ਖਸਤੀ ਆ ਜਦ ਮੈਂ ਐਕਚੁਅਲੀ ਅਨੂ ਜੀ ਮੈਨੂੰ ਯਾਦ ਆ ਰਿਹਾ ਮੈਂ ਯੂਟਿਊਬ ਤੇ ਇੱਕ ਇਹ ਵੀ ਵੀਡੀਓ ਦੇਖੀ ਸੀਗੀ ਕਿ ਜਿੱਥੇ ਜਿਹੜਾ ਬ੍ਰਾਹਮਣ ਪਰਿਵਾਰਾਂ ਦੇ ਵਿੱਚੋਂ ਯਾਦਵ ਪਰਿਵਾਰਾਂ ਦੇ ਵਿੱਚੋਂ ਵੀ ਇੰਨੀ ਗਰੀਬੀ ਹੈ ਜਿੱਥੇ ਉਹ ਜਿਹੜਾ ਮਲ ਮੂਤਰ ਚੁੱਕਣ ਦਾ ਕੰਮ ਕਰਦੇ ਪਏ ਆ ਸੋ ਇਹ ਸਾਰੀ ਜਿਹੜੀ ਸਿਚੁਏਸ਼ਨ ਆ ਉਹਨੂੰ ਮੁੜ ਕੇ ਰੀਐਨਾਲਾਈਜ਼ ਕਰਨਾ ਚਾਹੀਦਾ ਔਰ ਜਿਹੜਾ ਰਿਜ਼ਰਵੇਸ਼ਨ ਦਾ ਇਹ ਕੰਸੈਪਟ ਹੈਗਾ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਬਿਊਟੀਫੁਲ ਕੰਸੈਪਟ ਹੈਗਾ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ ਹਾਂਜੀ ਔਰ ਖਾਸ ਕਰਕੇ ਆਪਣੇ ਜਿਹੜੇ ਸਿੱਖ ਬੁੱਧੀਜੀਵੀ ਨੇ ਉਹਨਾਂ ਨੂੰ ਮੇਰੇ ਖਿਆਲ ਦੀ ਸਪੋਰਟ ਕਰਨੀ ਚਾਹੀਦੀ ਹੈ ਕਿਉਂਕਿ ਆਪਣੇ ਪਰਿਵਾਰ ਦੇ ਜਿੱਦਾਂ ਆਪਾਂ ਪਹਿਲਾਂ ਐਗਜ਼ਾਮਪਲ ਬੱਚਿਆਂ ਦੀ ਜਿਹੜਾ ਜਿਹੜਾ ਕੋਈ
ਕਿਸੇ ਡਿਸੇਬਿਲਿਟੀ ਦਾ ਸ਼ਿਕਾਰ ਹੋਵੇ ਜਾਂ ਗਰੀਬ ਹੋਵੇ ਤੇ ਸਾਰਾ ਉਹਦਾ ਬਾਕੀ ਜਿਹੜਾ ਪਰਿਵਾਰ ਆ ਉਹ ਮਿਲ ਕੇ ਹੈਲਪ ਕਰਦਾ ਹੈ। ਬਿਲਕੁਲ ਇਸੇ ਤਰੀਕੇ ਦੇ ਨਾਲ ਇੱਕ ਰਿਜ਼ਰਵੇਸ਼ਨ ਇੱਕ ਉਹਨੂੰ ਸਾਈਕਲ ਦੇ ਵਿੱਚੋਂ ਕੱਢਣ ਵਾਸਤੇ ਜਿਹੜਾ ਗਰੀਬ ਆ ਜਾਂ ਦਲਿਤ ਪਰਿਵਾਰਾਂ ਚੋਂ ਜਿੱਥੇ ਗਰੀਬੀ ਜ਼ਿਆਦਾ ਹੈਗੀ ਆ ਉਹਦੇ ਵਿੱਚ ਬਹੁਤ ਜ਼ਿਆਦਾ ਸਹਾਈ ਹੋ ਸਕਦਾ। ਵੈਸੇ ਵੀ ਅਨੂ ਜੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਕਈ ਵਾਰੀ ਕਿ ਜਿਹੜੀ ਇੱਕ ਡਾਕੂਮੈਂਟਰੀ ਹੈਗੀ ਆ ਇੰਡੀਆ ਅਨਟੱਚਡ ਸਟਾਲਿਨ ਕੇ ਦੀ, ਔਰ ਉਹਦੇ ਵਿੱਚ ਕਿੱਡਾ ਜ਼ਬਰਦਸਤ ਉਸ ਬੰਦੇ ਨੇ ਸਟਾਲਿਨ ਕੇ ਨੇ ਦਿਖਾਇਆ ਕਿ ਜੋ ਉੱਚੀਆਂ ਜਾਤਾਂ ਦੀ ਜਿਹੜੀ ਮਾਨਸਿਕਤਾ ਆ ਉਹ ਹਜੇ ਤੱਕ ਵੀ ਸਮ੍ਰਿਤੀਆਂ ਦੇ ਬਿਲਕੁਲ ਜਿਵੇਂ ਲਿਖਿਆ ਆ ਉਸੇ ਹਿਸਾਬ ਨਾਲ, ਕਿਉਂਕਿ ਜਦੋਂ ਉਹ ਡਾਕੂਮੈਂਟਰੀ ਦਿਖਾਉਂਦਾ ਆ ਨਾਲ ਦੀ ਨਾਲ ਉਹ ਜਿਹੜੀਆਂ ਸਮ੍ਰਿਤੀਆਂ ਨੇ ਸੰਸਕ੍ਰਿਤ ਦੇ ਵਿੱਚ ਉਹਨਾਂ ਦਾ ਵੀ ਨਾਲ ਉੱਥੇ ਲਿਖਣ ਲਿਖਿਆ ਹੋਇਆ ਵੀ ਆਹ ਸਮ੍ਰਿਤੀ ਆਹ ਕਹਿ ਰਹੀ ਹੈ ਤੇ ਆਹੀ ਕੁਛ ਹੋ ਰਿਹਾ। ਬਿਲਕੁਲ ਬਿਲਕੁਲ, ਔਰ ਇਹ ਸਾਰੇ ਸਰੋਤਿਆਂ ਨੂੰ ਵੀ ਰਿਕੁਐਸਟ ਹੈ ਕਿ ਯੂਟਿਊਬ ਤੇ ਖੁਦ ਸਰਚ ਕਰ ਸਕਦੇ ਨੇ ਇੰਡੀਆ ਅਨਟੱਚਡ, ਔਰ ਡਾਕੂਮੈਂਟਰੀ ਬਣਾਈ ਹੈ ਸਟਾਲਿਨ ਕੇ ਨੇ, ਤੋ ਖੁਦ ਵੀ ਤੁਸੀਂ ਦੇਖੋ। ਔਰ ਇੱਥੋਂ ਮੈਨੂੰ ਯਾਦ ਆ ਰਿਹਾ ਕਿ ਇੱਕ ਅੱਜ ਕੱਲ ਹੋਰ ਬੜਾ ਕਰਪਟ ਕਿਸਮ ਦਾ ਆਈਡੀਆ ਪ੍ਰਮੋਟ ਕੀਤਾ ਜਾ ਰਿਹਾ ਕਿ ਇਹ ਜਿਹੜੀ ਵਰਣ ਵੰਡ ਹੋਈ ਹੈ ਪੁਰਾਣੇ ਸਮੇਂ ਵਿੱਚ ਉਹਨੂੰ ਕਿਹਾ ਜਾ ਰਿਹਾ ਕਿ ਵੈਦਿਕ ਟਾਈਮਸ ਦੇ ਵਿੱਚ ਇਹ ਵਰਣ ਵੰਡ ਜਿਹੜੀ ਸੀ ਇਹ ਕਾਸਟ ਦੇ ਆਧਾਰ ਤੇ ਨਹੀਂ ਹੋਈ ਕਿ ਜਿਹੜਾ ਬ੍ਰਾਹਮਣ ਹੈ ਉਹ ਪੜ੍ਹਾਉਣ ਲਿਖਾਉਣ ਦਾ ਕੰਮ ਕਰੇਗਾ, ਜਿਹੜਾ ਕਸ਼ਤਰੀ ਹੈ ਉਹ ਪ੍ਰੋਟੈਕਸ਼ਨ ਦਾ ਕਰੇਗਾ, ਔਰ ਜਿਹੜੇ ਸ਼ੂਦਰ ਨੇ ਉਹ ਇਸ ਤਰ੍ਹਾਂ ਮਲਮੂਤਰ ਚੁੱਕਣ ਦਾ ਕੰਮ ਕਰਨਗੇ। ਇਹ ਇਸ ਤਰ੍ਹਾਂ ਨਹੀਂ ਸੀ ਕੀਤੀ ਗਈ, ਇਹ ਵੰਡ ਇਸ ਤਰ੍ਹਾਂ ਕੀਤੀ ਗਈ ਸੀ ਕਿ ਜਿਹਨੂੰ ਜਿਹੜਾ ਕੋਈ ਕੰਮ ਜਾਂ ਜੋਬ ਜਾਂ ਓਕੂਪੇਸ਼ਨ ਅਸਾਈਨ ਕਰ ਦਿੱਤੀ ਗਈ ਹੈ ਉਸ ਆਧਾਰ ਤੇ ਇਹ ਵੰਡ ਹੋਈ ਸੀ। ਇਹ ਮੈਂ ਕਹਾਂਗੀ ਕਿ ਬਹੁਤ ਗਲਤ ਜਿਹਾ ਆਈਡੀਆ ਪ੍ਰਮੋਟ ਕੀਤਾ ਜਾ ਰਿਹਾ। ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ। ਔਰ ਉਹ ਕਹਿੰਦੇ ਇਹ ਨੇ ਕਿ 11th ਸੈਂਚਰੀ ਦੇ ਵਿੱਚ ਆ ਕੇ ਇਹ ਇਸ ਤਰ੍ਹਾਂ ਹੋ ਗਿਆ ਕਿ ਉਹ ਜਿਹੜੇ ਓਕੂਪੇਸ਼ਨ ਸਨ ਉਹਨਾਂ ਨੂੰ ਉਹਨਾਂ ਉਹਨਾਂ ਕਾਸਟ ਨਾਲ ਜਾਂ ਉਹਨਾਂ ਉਹਨਾਂ ਜਾਤੀਆਂ ਨਾਲ ਐਸੋਸੀਏਟ ਕਰ ਦਿੱਤਾ ਗਿਆ। ਗਲਤ ਗੱਲ ਹੈ ਜੀ, ਕਿਉਂਕਿ ਮੈਂ ਫਿਰ ਕਹੂੰਗਾ ਬੇਨਤੀ ਕਰੂੰਗਾ ਇੰਡੀਅਨ ਅਨਟੱਚ ਸਾਰੇ ਡਾਕੂਮੈਂਟਰੀ ਵੇਖਣ, ਔਰ ਸਮ੍ਰਿਤੀਆਂ ਦੇ ਵਿੱਚ ਉਹ ਬਿਲਕੁਲ ਬਕਾਇਦਾ ਇਹ ਗੱਲਾਂ ਲਿਖੀਆਂ ਗਈਆਂ ਕਿ ਉਹ ਪੈਰ ਦੀ ਚੱਪਲ ਵਾਸਤੇ ਸਾਰੀਆਂ ਗੱਲਾਂ ਬਾਤਾਂ। ਮੈਂ ਖਾਸ ਸਰੋਤਿਆਂ ਨੂੰ ਆਲਰੇਡੀ ਇਸ ਬਾਰੇ ਕਾਫੀ ਗਿਆਨ ਹੈਗਾ ਆ। ਸੋ ਉਹਦੇ ਨਾਲ ਦੀ ਨਾਲ ਅਨੂ ਜੀ ਇੱਕ ਹੋਰ ਵੀ ਆਪਾਂ ਦੇਖੀ ਸੀਗੀ ਪੰਜਾਬ ਵਿਦਨ ਪੰਜਾਬ ਜਿਹੜੀ ਡਾਕੂਮੈਂਟਰੀ ਬਣਾਈ ਆ, ਮੈਨੂੰ ਹੁਣ ਨਾਂ ਯਾਦ ਭੁੱਲ ਗਿਆ ਜੈਂਟਲਮੈਨ ਦਾ, ਜਿਹਦੇ ਵਿੱਚ ਸੀਰੀ ਪ੍ਰਥਾ ਬਾਰੇ ਗੱਲ ਕੀਤੀ ਗਈ ਸੀਗੀ, ਸਿਮਰਨ ਕਲੇਰ। ਹਾਂ, ਸਿਮਰਨ ਕਲੇਰ ਉਹਨਾਂ ਨੇ ਉਹ ਵੀ ਆਪਣੇ ਆਪ ਚ ਇੱਕ ਬਹੁਤ ਵਧੀਆ ਡਾਕੂਮੈਂਟ ਆ। ਜਿੱਥੇ ਪੰਜਾਬ ਦੇ ਵਿੱਚ ਇਸ ਟਾਈਮ ਵੀ ਕਈ ਏਰੀਆ ਦੇ ਵਿੱਚ ਜਿਹੜੀ ਸੀਰੀ ਪ੍ਰਥਾ ਚੱਲਦੀ ਆ ਰਹੀ ਆ, ਉਹ ਜਿਹੜੇ ਸੀਰੀ ਪ੍ਰਥਾ ਵਾਲੇ ਜਿਹੜੇ ਜਿੰਨੇ ਵੀ ਲੋਕ ਨੇ ਉਹ ਦਲਿਤ ਪਰਿਵਾਰਾਂ ਨੂੰ ਹੀ ਬਿਲੋਂਗ ਕਰਦੇ ਨੇ। ਸੋ ਇਹ ਹਜੇ ਤੱਕ ਇਹ ਸਿਸਟਮ ਖਤਮ ਨਹੀਂ ਹੋਇਆ, ਔਰ ਜਿੱਦਾਂ ਤੁਸੀਂ ਪਹਿਲਾਂ ਕਹਿ ਚੁੱਕੇ, ਜਿੱਦਾਂ ਡਾਕਟਰ ਅੰਬੇਦਕਰ ਸਾਹਿਬ ਨੇ ਵੀ ਕਿਹਾ ਸੀਗਾ ਕਿ 10 ਸਾਲਾਂ ਬਾਅਦ ਇਹਦਾ ਰਿਵਿਊ ਹੋਣਾ ਚਾਹੀਦਾ। ਬਹੁਤ ਜ਼ਿਆਦਾ ਇੰਪੋਰਟੈਂਟ ਇਹ ਗੱਲ ਹੈਗੀ ਹੈ। ਸੋ ਰਿਵਿਊਆਂ ਦੇ ਤਹਿਤ ਤੇ ਮੈਂ ਅੱਜ ਇੱਕ ਹੋਰ ਬੜਾ ਕਹਾਂਗੀ ਖਤਰਨਾਕ ਇਨਫੋਰਮੇਸ਼ਨ ਮੇਰੀ ਜਾਣਕਾਰੀ ਚਾਹੀਏ ਕਿ ਰਿਜ਼ਰਵੇਸ਼ਨ ਦੇ ਤਹਿਤ ਹੀ ਇਸ ਤਰ੍ਹਾਂ ਦੀਆਂ ਵੀ ਰਿਜ਼ਰਵੇਸ਼ਨਸ ਨੇ ਕਿ ਕੁਝ ਇੱਕ ਜਿਹੜੇ ਹੈਗੇ ਨੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਜਿਹੜੇ ਇੰਡੀਆ ਵਿੱਚ ਉਹਨਾਂ ਵਿੱਚ NRI ਸਟੂਡੈਂਟਸ ਵਾਸਤੇ ਰਿਜ਼ਰਵੇਸ਼ਨ ਕੋਟਾ ਬਣਿਆ ਹੋਇਆ। ਠੀਕ ਹੈ। ਔਰ ਹੋਰ ਵੀ ਸੀ ਕਿ ਪ੍ਰਮੋਸ਼ਨਸ ਜਿਹੜੀਆਂ ਹੁੰਦੀਆਂ ਨੇ ਉਹ ਵੀ ਰਿਜ਼ਰਵੇਸ਼ਨ ਦੇ ਤਹਿਤ ਹੁੰਦੀਆਂ ਕਿ ਜਦੋਂ ਇੱਕ ਲੈਵਲ ਤੱਕ ਕਿਸੇ ਅਸੀਂ ਕਹਿ ਸਕਦੇ ਹਾਂ ਕਿ ਡਿਸਐਡਵਾਂਟੇਜਡ ਵਿਅਕਤੀ ਨੂੰ ਕਿਸੇ ਇੱਕ ਲੈਵਲ ਤੱਕ ਪਹੁੰਚਾ ਦਿੱਤਾ ਹੈ ਉਸ ਤੋਂ ਬਾਅਦ ਫਿਰ ਮੈਰਿਟ ਬੇਸਡ ਪ੍ਰਮੋਸ਼ਨ ਹੀ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ ਬਿਲਕੁਲ, ਤੁਹਾਡੀ ਗੱਲ ਸਹੀ ਹੈ ਕਿ ਜਿਵੇਂ ਫੋਰ ਐਗਜ਼ਾਮਪਲ ਹੁਣ ਕੋਈ ਪੁਲਿਸ ਇੰਸਪੈਕਟਰ ਬਣਦਾ ਜਾਂ ਉਹਨੇ ਗਾਂ ਕੋਈ ਡਿਪਟੀ ਕਮਿਸ਼ਨਰ ਬਣਨਾ ਆ, ਉਹ ਪੁਲਿਸ ਇੰਸਪੈਕਟਰ ਤੋਂ ਬਾਅਦ ਫਿਰ ਉਹ ਖੁਦ ਗਾਂ ਜਾਂ ਜਿਹੜਾ ਸਟੈਪ ਆ ਨਾ ਉਹਦੀ ਅਬਿਲਿਟੀ ਤੇ ਹੋਣਾ ਚਾਹੀਦਾ। ਇੱਕ ਜਿਹੜਾ ਸਾਈਕਲ ਖਾਸ ਸਾਨੂੰ ਜੇ ਗੱਲ ਮੁੜ ਘਟਕੀ ਹੋਈ ਆਉਂਦੀ ਹੈ ਕਿ ਜਿਹੜਾ ਉਹ ਸਾਈਕਲ ਜਿਹੜਾ ਤੋੜਨਾ ਨਾ ਜਿਹੜਾ ਚੱਲ ਰਿਹਾ ਹੈ ਗਰੀਬੀ ਦਾ, ਉਹਦੇ ਵਿੱਚ ਰਿਜ਼ਰਵੇਸ਼ਨ ਮੇਰੇ ਖਿਆਲ ਬਹੁਤ ਜ਼ਿਆਦਾ ਸਹਾਈ ਆ। ਅਸੀਂ ਆਪਣੇ ਬਚਪਨ ਦੇ ਵਿੱਚ ਜਿਹੜੀਆਂ ਕਿਤਾਬਾਂ ਵਗੈਰਾ ਫ੍ਰੀ ਦਿੱਤੀਆਂ ਜਾਂਦਾ ਸੀ ਜਾਂ ਘੱਟ ਫੀਸ ਦਿੱਤੀ ਜਾਂਦੀ ਸੀ, ਮੈਨੂੰ ਕੋਈ ਵੀ ਇਹੋ ਜਿਹਾ ਯਾਰ ਦੋਸਤ ਨਹੀਂ ਜਾਣਦਾ ਹੈਗਾ। ਮੇਰੇ ਪਰਸਨਲੀ ਮੇਰੇ ਬੜੇ ਚੰਗੇ ਦੋਸਤ ਨੇ ਜਿਹੜੇ ਕਿਸੇ ਬਹੁਤ ਵੱਡੇ ਕਿਸੇ ਅਮੀਰ ਪਰਿਵਾਰਾਂ ਚੋਂ ਹੋਣ, ਔਰ ਉਹਨਾਂ ਨੂੰ ਡੈਫੀਨਿਟਲੀ ਉਹ ਹੈਲਪ ਚਾਹੀਦੀ ਸੀਗੀ। ਬਿਲਕੁਲ ਬਿਲਕੁਲ। ਸੋ ਇਹਦੇ ਵਿੱਚ ਹਾਂਜੀ ਸੋਰੀ ਹਾਂਜੀ ਹਾਂਜੀ ਨਹੀਂ ਤੁਸੀਂ ਆਪਣੀ ਗੱਲ ਕਰੀ ਹੁਣ ਰੱਖੋ ਜੀ। ਹਾਂਜੀ, ਇਹਦੇ ਵਿੱਚ ਆਨੂ ਜੀ ਦੂਸਰੀ ਜਿਹਦੇ ਹੁਣ ਇਹ ਤੇ ਪਿੰਡਾਂ ਦੀ ਗੱਲ ਹੋ ਗਈ, ਜਿਹੜੇ ਵੱਖਰੇ ਏਰੀਆ ਨੇ ਹੁਣ ਸ਼ਹਿਰਾਂ ਦੇ ਵਿੱਚ ਵੀ
ਜਿਹੜੇ ਝੁੱਗੀ ਝੌਂਪੜੀ ਜਿਹੜੇ ਹੁੰਦੇ ਨੇ ਉਹ ਵੀ ਜਾਂ ਤੇ ਉਹ ਦਲਿਤ ਪਰਿਵਾਰਾਂ ਚ ਹੋਣਗੇ ਤੇ ਜਾਂ ਫਿਰ ਜਿਹੜੇ ਆਦਿਵਾਸੀ ਲੋਕ ਜਿਹੜੇ ਸ਼ਹਿਰ ਆ ਕੇ ਆਪਣਾ ਕੰਮ ਬਾਸ ਬਸੇਰਾ ਕਰਦੇ ਨੇ ਉਹ ਹੁੰਦੇ ਨੇ। ਸੋ ਉਹਨਾਂ ਨੂੰ ਵੀ ਜਿੱਦਾਂ ਆਪਣੇ ਮੁੰਬਈ ਦੇ ਵਿੱਚ ਜਿਹੜੀ ਧਾਰਾਵੀ ਹੈਗੀ ਆ, ਹਾਂਜੀ ਧਾਰਾਵੀ, ਹਾਂਜੀ ਬਹੁਤ ਵੱਡੀ ਝੁੱਗੀ ਝੌਂਪੜੀ ਆ, ਉਹਦੇ ਵਿੱਚ ਮੋਸਟਲੀ ਜਿਹੜੇ ਨੇ ਉਹ ਜਿਹੜੇ ਗਰੀਬ ਪਰਿਵਾਰ ਨੇ ਉਹ ਦਲਿਤ ਪਰਿਵਾਰਾਂ ਚ ਨੇ। ਸੋ ਬਹੁਤ ਜ਼ਿਆਦਾ ਹੈਲਪ ਦੀ ਲੋੜ ਆ, ਨਾਲੇ ਜਿਹੜੀ ਖਾਸ ਕਰਕੇ ਆਪਾਂ ਜਦੋਂ ਜਿਹੜਾ ਸਿੱਖ ਧਰਮ ਦਾ ਜਿਹੜਾ ਬੇਸ ਕਹਿ ਸਕਦੇ ਹਾਂ ਕਿ ਕਿੱਡਾ ਇਹ ਕਿੱਡੀ ਵੱਡੀ ਸਟੇਟਮੈਂਟ ਆ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਇਹ ਗੱਲ ਤੇ ਪੱਕੀ ਸੀਗੀ ਨਾ ਕਿ ਉਹਦੇ ਜਿਹੜੇ 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 ਲਤਾੜੇ ਹੋਏ ਨੇ ਉਹਨਾਂ ਨੂੰ ਕਿਵੇਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਚੱਕਣਾ ਚਾਹੁੰਦੇ ਸੀਗੇ। ਔਰ ਆਪਣੇ ਜਿਹੜੇ ਜਿਹੜਾ ਖਾਸ ਕਰਕੇ ਜਿਹੜਾ ਸਿੱਖ ਭਾਈਚਾਰਾ ਆ ਉਹਨਾਂ ਨੂੰ ਮੇਰੇ ਖਿਆਲ ਇਸ ਜਿਹੜਾ ਰਿਜ਼ਰਵੇਸ਼ਨ ਵਾਲਾ ਮਸਲਾ ਆ ਉਹਦੀ ਸਪੋਰਟ ਕਰਨੀ ਚਾਹੀਦੀ ਆ। ਹਾਂ ਇਹਦੇ ਵਿੱਚ ਰਿਫੋਰਮ ਜ਼ਰੂਰ ਹੋਣਾ ਚਾਹੀਦਾ ਆ, ਪਰ ਇਹਦੀ ਜਿਹੜੀ ਸਪੋਰਟ ਕਰਨੀ ਮੇਰੇ ਖਿਆਲ ਬਹੁਤ ਜ਼ਰੂਰੀ ਹੈ। ਸੋ ਮਤਲਬ ਸਾਰ ਸਾਰੀ ਗੱਲਬਾਤ ਦਾ ਇਹ ਹੈ ਕਿ ਅਸੀਂ ਰਿਜ਼ਰਵੇਸ਼ਨ ਨੂੰ ਬਿਲਕੁਲ ਪੈਂਦੇ ਸੱਟੇ ਗਲਤ ਕਹਿ ਦਿੰਦੇ ਹਾਂ। ਸੋ ਰਿਜ਼ਰਵੇਸ਼ਨ ਗਲਤ ਨਹੀਂ ਹੈ, ਰਿਜ਼ਰਵੇਸ਼ਨ ਦੀ ਇੰਪਲੀਮੈਂਟੇਸ਼ਨ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਨਹੀਂ ਹੋ ਸਕੀ। ਜੀ ਜੀ ਜੀ, ਔਰ ਰਿਜ਼ਰਵੇਸ਼ਨ ਨੇ ਜੀ ਬਹੁਤ ਕੁਛ ਕੀਤਾ। ਮੈਂ ਮੇਰੇ ਆਪਣੇ ਪਿੰਡੋਂ ਦੋਸਤਾਂ ਦੇ ਵਿੱਚ ਜਿਹਨਾਂ ਨੂੰ ਨੌਕਰੀਆਂ ਮਿਲੀਆਂ ਨੇ ਕਿੱਥੋਂ ਉੱਠ ਕੇ ਉਹ ਪਰਿਵਾਰ ਆਏ ਨੇ ਤੇ ਕਿੱਥੇ ਤੱਕ ਪਹੁੰਚੇ ਨੇ, ਮੈਂ ਆਪਣੀ ਸਾਰੀ ਹੋਸ਼ ਦੇ ਵਿੱਚ ਉਹਨਾਂ ਨੂੰ ਇੱਦਾਂ ਤਰੱਕੀ ਕਰਦਿਆਂ ਵੇਖਿਆ ਆ। ਸੋ ਬਹੁਤ ਸਾਰੇ ਪ੍ਰੂਫ ਇਹੋ ਜਿਹੇ ਨੇ ਜਿੱਥੇ ਰਿਜ਼ਰਵੇਸ਼ਨ ਨੇ ਇਸ ਚੀਜ਼ ਦੀ ਹੈਲਪ ਕੀਤੀ ਹੈ। ਜੀ ਬਿਲਕੁਲ, ਔਰ ਇੱਕ ਕੱਲ ਬੀਤੇ ਕੱਲ ਦੀ ਖਬਰ ਹੈ ਜਿੱਥੇ ਕਿ ਹੁਣ ਬਿਲਕੁਲ ਢੁਕਵੀਂ ਗੱਲ ਹੋਏਗੀ ਕਿ ਇਹ ਲੋਕ ਨੇ ਜਿਨ੍ਹਾਂ ਨੂੰ ਅੱਜ ਦੀ ਡੇਟ ਵਿੱਚ ਹਿੰਦੁਸਤਾਨ 'ਚ ਰਿਜ਼ਰਵੇਸ਼ਨ ਦੀ ਲੋੜ ਹੈ। ਇਹ ਹਰਿਆਣਾ ਦੀ ਖਬਰ ਹੈ ਕਿ ਪਿਛਲੇ ਸਾਲ ਹਰਿਆਣਾ ਵਿੱਚ ਜਿਹੜੀ ਮੇਰੇ ਖਿਆਲ ਖਰਾਬ ਮੌਸਮ ਕਰਕੇ ਗੜੇ ਵਗੈਰਾ ਪੈਣ ਨਾਲ ਫਸਲਾਂ ਜਿਹੜੀਆਂ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਕਿਸਾਨਾਂ ਨੂੰ ਬੀਤੇ ਕੱਲ ਹਰਿਆਣਾ ਸਰਕਾਰ ਨੇ ਮੁਆਵਜ਼ਾ ਦਿੱਤਾ, ਔਰ ਬਹੁਤ ਹੀ ਸ਼ਰਮਨਾਕ ਵੀ ਔਰ ਹਾਸੋਹੀਣੀ ਵੀ ਇਹ ਗੱਲ ਇਹ ਬਾਤ ਕਿ ਮੁਆਵਜ਼ਾ ਦਿੱਤਾ ਕਿੰਨਾ ਗਿਆ ਹੈ। ਸੋ ਕੋਈ 300 ਦੇ ਕਰੀਬ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਔਰ ਉਹਨਾਂ ਨੂੰ ਚੈੱਕ ਲਿਖ ਕੇ ਦਿੱਤੇ ਗਏ ਨੇ, ਉਹ ਸਿੰਡੀਕੇਟ ਬੈਂਕਸ ਦੇ ਚੈੱਕ ਨੇ, ਮਤਲਬ ਕਿ ਉਹ ਲੋਕਲ ਜਿਹੜੇ ਉਹਨਾਂ ਦੇ ਬੈਂਕ ਜਿੱਥੇ ਆਲਰੇਡੀ ਉਹਨਾਂ ਦੇ ਖਾਤੇ ਨੇ ਉੱਥੋਂ ਦੇ ਨਹੀਂ ਹੈ ਉਹ। ਸੋ ਕਿਸੇ ਨੂੰ 1 ਰੁਪਏ ਦਾ ਚੈੱਕ ਲਿਖ ਕੇ ਦਿੱਤਾ ਗਿਆ, ਕਿਸੇ ਨੂੰ 2 ਰੁਪਏ ਦਾ, 3 ਰੁਪਏ ਦਾ, 50 ਰੁਪਏ ਦਾ, ਇਸ ਅਮਾਊਂਟ ਦੇ ਚੈੱਕ ਲਿਖ ਕੇ ਦਿੱਤੇ ਗਏ ਨੇ। ਸੋ ਉਹ ਹੁਣ ਜਿਹੜੇ ਕਿਸਾਨ ਨੇ ਪਹਿਲਾਂ ਤੇ ਉਹ ਜਿਹੜਾ ਸ਼ਹਿਰ ਹੈ ਨਜ਼ਦੀਕ ਉੱਥੇ ਜਾਣਗੇ ਖਰਚਾ ਕਰਕੇ। ਫਿਰ ਇਹ ਵੀ ਆਪਣੇ ਆਪ ਚ ਇੱਕ ਬਹੁਤ ਵੱਡਾ ਮਸਲਾ ਆ ਸਾਡੇ ਹੋਸ਼ ਦੇ ਵਿੱਚ ਹੀ, ਜਿਹੜਾ ਇੱਕ ਕੋਪਰੇਟਿਵ ਜਿਹੜਾ ਪਿੰਡਾਂ ਦੇ ਵਿੱਚ ਜਿਹੜੀਆਂ ਬੈਂਕਾਂ ਹੁੰਦੀਆਂ ਸੀਗੀਆਂ, ਕਿੰਨਾ ਵਧੀਆ ਕੰਸੈਪਟ ਸੀਗਾ ਇਹਨਾਂ ਨੇ ਸਟੈਪ ਬਾਏ ਸਟੈਪ, ਇਹ ਹਿੰਦੁਸਤਾਨੀ ਗਵਰਨਮੈਂਟ ਨੇ ਸਰਮਾਏਦਾਰਾਂ ਨੇ ਉਹ ਕੋਪਰੇਟਿਵ ਜਿਹੜਾ ਇੱਕ ਸਿਸਟਮ ਸੀਗਾ, ਵਧੀਆ ਸਿਸਟਮ ਸੀਗਾ, ਉਹਨੂੰ ਸਟੈਪ ਬਾਏ ਸਟੈਪ ਇਹਨਾਂ ਨੇ ਖਤਮ ਕੀਤਾ। ਸੋ ਮਤਲਬ ਕਿ ਇਹ ਪ੍ਰਾਈਵੇਟ ਬੈਂਕਾਂ ਦੇ ਹੱਥਾਂ 'ਚੋਂ ਸਾਰਾ ਕੰਮ ਦਿੱਤਾ। ਜਿਹੜੇ ਕਿਸਾਨ ਨੇ ਪਹਿਲਾਂ ਤੇ 5-6 ਹਜ਼ਾਰ ਰੁਪਇਆ ਪਾ ਕੇ ਇੱਕ ਨਵਾਂ ਖਾਤਾ ਖੋਲਣਗੇ ਉਸ ਬੈਂਕ 'ਚ ਤੇ ਫਿਰ ਉਹ 1 ਜਾਂ 2 ਰੁਪਏ ਦਾ ਚੈੱਕ ਉੱਥੇ ਜਮ੍ਹਾਂ ਹੋਏਗਾ ਕਢਾਉਣਗੇ। ਬੜੀ ਸ਼ਰਮਨਾਕ ਗੱਲ ਹੋ ਜੀ ਇਹ। ਪਰ ਕਾਫੀ ਸਾਰੇ ਕਿਸਾਨਾਂ ਇਹ ਵੀ ਖਬਰ ਜੀ ਸਾਡੇ ਜਿਹੜੇ ਐਡਵੋਕੇਟ ਨਰਿੰਦਰ ਕੁਮਾਰ ਜੀਤ ਜੀ ਨੇ ਉਹਨਾਂ ਦੇ ਰੈਫਰੈਂਸ ਤੋਂ ਇਹ ਨਿਊਜ਼ ਹੈ। ਤੋ ਇਹ ਕਾਫੀ ਸਾਰੇ ਕਿਸਾਨਾਂ ਨੇ ਰੋਸ ਵਜੋਂ ਚੈੱਕ ਉੱਥੇ ਜਿੱਥੋਂ ਉਹਨਾਂ ਨੂੰ ਜਿਹੜੇ ਦਫ਼ਤਰ ਚੋਂ ਇਸ਼ੂ ਕੀਤੇ ਗਏ ਉੱਥੇ ਬਾਹਰ ਖੜੇ ਹੋ ਕੇ ਉਹਨਾਂ ਨੇ ਫਾੜ ਦਿੱਤੇ ਨੇ ਚੈੱਕ। ਬਹੁਤ ਅਨੂ ਜੀ, ਮੈਂ ਛੋਟੀ ਜਿਹੀ ਇੱਕ ਹੋਰ ਗੱਲ ਕਰਨੀ ਆ, ਉਸ ਤੋਂ ਬਾਅਦ ਫਿਰ ਤੁਸੀਂ ਆਪਣੀ ਗੱਲਬਾਤ ਜਾਰੀ ਰੱਖਿਆ ਜੀ। ਵੀਕਐਂਡ ਤੇ ਇੱਕ ਪਾਰਟੀ ਦੇ ਵਿੱਚ ਕੋਈ ਆਪਣੇ ਸਰੋਤੇ ਹੈਗੇ ਨੇ ਛੋਟੇ ਵੀਰ, ਤੇ ਉਹ ਉਹਨਾਂ ਨੂੰ ਪਤਾ ਲੱਗਿਆ ਆਪਣਾ ਪ੍ਰੋਗਰਾਮ ਰੈਗੂਲਰ ਸੁਣਦੇ ਨੇ, ਉਹਨਾਂ ਦਾ ਅਸੀਂ ਸ਼ੁਕਰੀਆ ਕਰਦੇ ਹਾਂ ਸਾਡੇ ਨਾਲ ਜੁੜਦੇ ਨੇ। ਉਹਨਾਂ ਨੂੰ ਪਤਾ ਲੱਗਿਆ ਕਿ ਭਾਰਤੀ ਮੈਂ ਆ, ਠੀਕ। ਸੋ ਉੱਥੇ ਮੌਜ ਮਸਤੀ ਚੱਲਦੀ ਪਈ ਸੀਗੀ, ਸਾਰੇ ਜਾਣੇ ਯੂਨੋ ਆਪਣੀ ਹਾਸਾ ਖੇਡ ਕਰਦੇ ਪਏ ਸੀਗੇ। ਸੋ ਉਹਨਾਂ ਨੂੰ ਐ ਲੱਗਿਆ ਕਿ ਇਹ ਭਾਈ ਸਾਹਿਬ ਤੇ ਇੰਨੇ ਸੀਰੀਅਸ ਗੱਲਾਂ ਕਰਦੇ ਨੇ ਵੀ ਇਹ ਕਿੱਦਾਂ ਆਮ ਵਿੱਚ ਰਹੇ ਨੇ। ਸੋ ਇਹਨਾਂ ਨੂੰ ਜੀ ਇਹ ਵੀ ਇੱਕ ਬਹੁਤ ਵੱਡਾ ਕੰਸੈਪਟ ਹੈ ਕਿ ਜਿਹਦੇ ਵਿੱਚੋਂ ਜਿਹੜਾ ਬਾਬਾ ਵਾਰ ਨਿਕਲਿਆ, ਪਖੰਡ ਵਾਰ ਨਿਕਲਿਆ ਆ ਕਿ ਜਿਹੜੇ ਲੋਕ ਆਪਣੇ ਆਪ ਨੂੰ ਬਹੁਤ ਸੀਰੀਅਸ ਤੇ ਬੜੇ ਵੱਡੇ ਦਰਵੇਸ਼ ਦੱਸਦੇ ਨੇ, ਖਾਸ ਕਰ ਜਿਹੜੇ ਪਖੰਡੀ ਬਾਬੇ ਨੇ। ਸੋ
ਜੇ ਉਹ ਮੇਰਾ ਛੋਟਾ ਵੀਰ ਸੁਣਦਾ ਹੋਵੇ ਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਜ਼ਿੰਦਗੀ ਦੇ ਵਿੱਚ ਇੱਕ ਜਿਹੜਾ ਸੀਰੀਅਸ ਮਸਲੇ ਨੂੰ ਡਿਸਕਸ ਕਰਨਾ ਆ ਇੱਕ ਵੱਖਰਾ ਮਸਲਾ ਆ, ਔਰ ਜ਼ਿੰਦਗੀ ਦੇ ਵਿੱਚ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਰੇ ਲੋਕ ਆਪਣੀ ਮਸਤੀ ਦੇ ਨਾਲ ਆਪਣੇ ਪਰਿਵਾਰਾਂ ਦੇ ਵਿੱਚ ਹੱਸਣ ਖੇਡਣ। ਸੋ ਮੇਰਾ ਇਹੋ ਜਿਹਾ ਬਿਲਕੁਲ ਸੁਭਾਅ ਨਹੀਂ ਹੈਗਾ, ਜਾਂ ਮੈਨੂੰ ਹੋਰ ਵੀ ਜਿੰਨੇ ਮੇਰੇ ਮਿੱਤਰ ਜਾਣਦੇ ਨੇ ਕਿ ਸਾਡੇ ਕੋਲ ਚਾਰ ਅੱਖਰ ਗਿਆਨ ਦੇ ਆ ਗਏ ਤੇ ਅਸੀਂ ਇਹ ਕਹੀਏ ਕਿ ਹੁਣ ਅਸੀਂ ਤੁਹਾਡੇ ਨਾਲ ਐਕਸਪੀਰੀਅੰਸ, ਤੁਹਾਡੇ ਨਾਲ ਸਿੱਧੇ ਮੂੰਹ ਗੱਲ ਨਾ ਕਰੀਏ। ਸੋ ਇੱਕ ਇੱਕ ਜਿਹੜੀ ਜ਼ਿੰਦਗੀ ਦੇ ਵਿੱਚ ਜਿਹੜੀ ਖੁਸ਼ੀ ਆ, ਜਿਹੜੀ ਮਸਤੀ ਆ, ਉਹ ਬਹੁਤ ਜ਼ਰੂਰੀ ਆ, ਔਰ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਰੀ ਦੁਨੀਆਂ ਦੇ ਵਿੱਚ ਹਰ ਇੱਕ ਬੰਦਾ ਇਸ ਤਰੀਕੇ ਨਾਲ ਆਪਣੀ ਵਧੀਆ ਖੁਸ਼ੀ ਜਿਹੜੀ ਆ ਉਹ ਜ਼ਿੰਦਗੀ ਜੀ ਸਕੇ। ਸੋ ਮੇਰੇ ਜਿੰਨੇ ਵੀ ਸਰੋਤੇ ਸੁਣਨ ਵਾਲੇ ਨੇ, ਮੇਰੇ ਕੋਲੋਂ ਪਲੀਜ਼ ਇਹ ਆਸ ਨਾ ਰੱਖਿਓ ਕਿ ਮੈਂ ਜਦੋਂ ਕਿਤੇ ਤੁਹਾਨੂੰ ਸੋਸ਼ਲੀ ਮਿਲਾਂ ਤੇ ਮੈਂ ਸੀਰੀਅਸ ਹਮੇਸ਼ਾ ਹੋਊਂਗਾ। ਮੇਰਾ ਵੀ ਹੱਸਣ ਖੇਡਣ ਨੂੰ ਦਿਲ ਕਰਦਾ ਹੈ, ਔਰ ਮੈਂ ਚਾਹੁੰਦਾ ਕਿ ਸਾਰੇ ਹੋਰ ਵੀ ਦੁਨੀਆਂ ਦੇ ਬੰਦੇ ਏਦਾਂ ਹੀ ਹੱਸਣ ਖੇਡਣ। ਬਿਲਕੁਲ ਜੀ, ਅਸੀਂ ਇਹ ਚਾਹੁੰਦੇ ਹਾਂ ਕਿ ਹਰ ਇਨਸਾਨ ਹਰ ਇੱਕ ਦਿਨ ਹੀ ਖੁਸ਼ੀ ਮਸਤੀ ਚ ਰਵੇ, ਤੇ ਸ਼ਾਇਦ ਕਦੀ ਇਹ ਦਿਨ ਆਏਗਾ ਕਿ ਪੂਰੀ ਦੁਨੀਆਂ ਦੇ ਹਾਲਾਤ ਇਸ ਕਿਸਮ ਦੇ ਬਣ ਸਕਣ। ਜੀ ਅਨੂ ਜੀ, ਤੇ ਮੇਰੇ ਖਿਆਲ ਤੁਸੀਂ ਹੁਣ ਜੇ ਤੁਹਾਡੇ ਕੋਲ ਉਹ ਗਾਣਾ ਹੋਵੇ ਸਾਰੀ ਧਰਤੀ ਮੇਰਾ ਆਂਗਨ ਸਭ ਮੇਰੇ ਤਾਰੇ, ਉਹ ਮੇਰਾ ਬਹੁਤ ਫੇਵਰੇਟ ਵਾ। ਸੋ ਉਹ ਬੜੀ ਸਾਨੂੰ ਉਹ ਜਿਹੜੀ ਗਜ਼ਲ ਵਾ ਬਹੁਤ ਐਨਰਜੀ ਦਿੰਦੀ ਹੈ ਕਿ ਇਸ ਏਮ ਦੇ ਵਾਸਤੇ ਅਸੀਂ ਕੰਮ ਕਰ ਰਹੇ ਹਾਂ, ਜਿਹੜਾ ਜਿਹੜੀ ਦੁਨੀਆਂ ਦੇ ਵਿੱਚ ਜਿਹੜੀ ਲੋਕੀ ਜਿਹੜੇ ਟ੍ਰਬਲ ਨੇ ਉਹਨਾਂ ਨੂੰ ਕਿੱਦਾਂ ਉੱਥੋਂ ਬਾਹਰ ਕੱਢਿਆ ਜਾਵੇ। ਜੀ ਬਹੁਤ ਬਹੁਤ ਸ਼ੁਕਰੀਆ ਭਾਰਤੀ ਜੀ। ਸ਼ੁਕਰੀਆ ਅਨੂ ਜੀ। ਤੋ ਦੋਸਤੋ, ਇਹ ਸਨ ਸਾਡੇ ਟੀਮ ਮੈਂਬਰ ਭਾਰਤੀ ਜੀ। ਤੋ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਔਰ ਭਾਰਤੀ ਜੀ ਨੇ ਜਿਹੜੇ ਗੀਤ ਦੀ ਫਰਮਾਇਸ਼ ਕੀਤੀ ਉਹ ਹੀ ਮੈਂ ਚਲਾਵਾਂਗੀ। ਇਹ ਹੈ ਜਗਜੀਤ ਸਿੰਘ ਦਾ ਗਾਇਆ ਔਰ ਜੋਸ਼ ਮਲੀਹਾਬਾਦੀ ਦਾ ਲਿਖਿਆ।